ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦੇ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੋਗ, ਤੋਂ ਟਾਈਮ ਜਿਹੜਾ ਹੋ ਚੁੱਕਿਆ ਪੂਰੇ ਰਾਈਟ 8। ਸੋ ਉੱਠ ਕਰਕੇ ਹਜੇ ਜੀ ਨਹੀਂ ਸੀ ਕਰਦਾ ਵੈਸੇ ਉੱਠਣ ਨੂੰ, ਹੁਣ ਚੱਲਦੇ ਹਾਂ ਬਾਹਰ ਨੂੰ। ਸੋ ਦਵਿੰਦਰ ਵੀ ਉੱਧਰ ਆਪਦੇ ਕੰਮ ਕਰ ਲੱਗੀ ਪਈ ਹੈਗੀ, ਉੱਠ ਖੜੀ ਹੈਗੀ। ਦਵਿੰਦਰ ਨੂੰ ਹੁਣ ਸਵੇਰੇ ਸਵੇਰੇ ਆਪਾਂ ਕਿਹਾ ਗਾ ਵੀ ਉੱਠ ਕੇ ਆਪਦਾ ਦੁੱਧ ਪਾਣੀ ਕਰਕੇ ਪੀਆ ਕਰਨਾ, ਕੰਮ ਕੁੰਮ ਦੀ ਟੈਨਸ਼ਨ ਨਾ ਤੂੰ ਇੰਨੀ ਲਿਆ ਕਰ। ਸੋ ਹਾਂਜੀ ਬਾਬਾ ਜੀ ਕਿਵੇਂ ਆ, ਸੈੱਟ ਆ ਹੁਣ ਗੱਡੀ? ਹਜੇ ਸੈੱਟ ਨਹੀਂ ਪੂਰੀ, ਕਿਵੇਂ ਫਿਰ ਗੋਲੀ ਲਿੱਤੀ? ਫਿਰ ਟੀਕਾ ਉਹ ਹੁਣ ਲਾਉਣਾ ਨਹੀਂ ਕਹਿੰਦੇ, ਇੰਜੈਕਸ਼ਨ ਵਗੈਰਾ? ਕੀ ਮੈਂ ਸੌਂ ਗਿਆ ਸੀਗਾ ਉਹ ਤੋਂ ਬਾਅਦ ਲਈਆਂ? ਚੱਲ ਕੋਈ ਨੀ ਹੋ ਜੂਗਾ ਸੈੱਟ। ਇਹ ਬਈ ਚੀਜ਼ ਐਂ ਹੁੰਦੀ ਹੈਗੀ, ਕਦੇ ਉਲਟੀ ਉਲਟੀ ਨੂੰ ਮਨ ਕਰਦਾ ਨਾ, ਉੱਪਰ ਅੰਦਰ ਅੰਦਰ ਖਿੱਚਿਆ ਜਾਂਦਾ ਬੰਦੇ ਦਾ, ਉਹਦੇ ਕਰਕੇ ਵੀ ਕੁਛ ਨਾ ਕੁਛ ਹੋ ਜਾਂਦਾ। ਵਾਹ ਹੁਣ ਤੂੰ ਮਿੱਠਾ ਮੁੱਠਾ ਦੱਬ ਦੇ ਆਪਦਾ, ਠੀਕ ਆ? ਹੈਂ ਕਿਵੇਂ? ਹਾਂ ਚਾਹ ਵੀ ਆਪਦਾ ਦੁੱਧ ਕਰ ਲਈ ਉਹ ਵਾਲਾ। ਇਹ ਤਾਂ ਨਹੀਂ, ਇਹ ਤਾਂ ਸ਼ੂਗਰ ਆ, ਇਹ ਤਾਂ ਗਲੂਕੋਨ ਡੀ ਆ ਬਈ, ਗਲੂਕੋਨ ਡੀ ਅਜੇ ਥੋੜ੍ਹੀ ਲੈਣੀ। ਇਹ ਤਾਂ ਚਲੋ ਬੰਦਾ ਦੁਪਹਿਰੇ ਤਾਂ ਪੂਰੇ ਪੀ ਲੈਂਦੇ ਨਾ, ਸ਼ੂਗਰ ਘੱਟਦਾ ਨੀਗਾ। ਹੈਂ ਆਹੋ ਦੁਪਹਿਰੇ ਜੇ ਲੈ ਲਈ ਅਤੇ ਆਪਾਂ ਚੱਲ ਗਏ ਹੁਣ ਉੱਧਰ, ਡੈਡੀ ਵਰਗੇ ਡੀਕੀ ਜਾਂਦੇ ਹੋਣਗੇ। ਵੈਸੇ ਤਾਂ ਉਹਨਾਂ ਨੇ ਪਾਤੇ ਹੋਣੇ ਆ ਕਿ ਡੀਕਣਾ ਤਾਂ ਮੈਨੂੰ ਕੀ ਆ, ਫਿਰ ਵੀ ਚੱਲਦੇ ਹਾਂ, ਗਾਲਾਂ ਗੂਲਾਂ ਲੈ ਲਈਏ, ਹਜਾਰ ਹਜੂਰ ਲਵਾਲ ਕੇ। ਦੁੱਧ ਆਪਣਾ ਆ ਗਿਆ ਰੈਡੀ ਹੋ ਕੇ ਅੱਗੇ ਦੇ ਵਾਂਗੂ, ਅਤੇ ਨਾਲ ਆ ਗਿਆ ਗਜਰੇਲਾ, ਅਤੇ ਅੱਜ ਮੰਮੀ ਨੂੰ ਲਿਆ ਕੇ ਸੱਟਣਾ ਡਾਕਟਰ ਕੋਲ। ਕਿਹੜਾ ਕਿਹੜਾ? ਆਹ ਵੀ ਮੇਰਾ ਹੀ ਸੀਗਾ, ਅਤੇ ਤੇਰਾ ਤੂੰ ਪੀਣਾ ਨੀ? ਅੱਛਾ ਕੇਸਰ ਪਾ ਕੇ ਰੱਖਿਆ ਹੋਣਾ, ਅਤੇ ਲਓ ਵੀ ਅੱਜ ਮੰਮੀ ਲਿਆ ਕੇ ਸਿੱਟਦੇ ਹਾਂ ਡਾਕਟਰ ਕੋਲ। ਡਾਕਟਰ ਨੂੰ ਕਹਿਣਾ ਅੱਜ ਨਹੀਂ, ਡਾਕਟਰ ਸਾਹਿਬ ਕੌਲ ਕਰਨੀ, ਦੋ ਕੁ ਜੜ੍ਹਾਂ ਆਈਆਂ ਤਾਂ ਜਿਹੜੀਆਂ ਫੜ ਕੇ ਜਮੂਰ ਜਾਂ ਖਿੱਚੀ ਦਿਓ ਕਿ ਨਹੀਂ ਮੰਮੀ। ਵੈਸੇ ਤਾਂ ਉੱਦਣ ਦਾ ਇਹਨੂੰ ਫਰਕ ਆ ਗਿਆ ਜਿੱਦਣ ਦੀ ਲੈ ਕੇ ਆਉਂਦੀ ਹੈ ਦਵਾਈ ਜੀ, ਆਪਾਂ ਐਂ ਕਰਾਂਗੇ ਨਾਲੇ ਉਦੋਂ ਦੁੱਧ ਪਾ ਆਵਾਂਗੇ, ਨਾਲੇ ਤੇਰੇ ਦੰਦ ਕਰਾ ਆਵਾਂਗੇ। 10 ਵਜੇ ਡਾਕਟਰ ਨੇ ਸੱਦਿਆ, ਇਹਨੇ ਕਰਨੀ ਆ। ਤੂੰ ਵੀ ਜਾਣਾ ਮੰਡੀ? ਮੰਡੀ ਜਾਣਾ ਤੂੰ? ਠੀਕ ਆ ਚਲੋ ਆਪਾਂ ਉਹਦਾ ਚਾਹ ਪਾਣੀ ਪੀ ਗਏ, ਉਹ ਤੋਂ ਬਾਅਦ ਮਿਲਾਂਗੇ, ਸ਼ਾਇਦ ਅੱਜ ਬਠਿੰਡੇ ਵੀ ਜਾਣਾ ਪਵੇ। ਲਓ ਵੀ ਦਿਲ ਜਿਹੜਾ ਮੇਰਾ ਮਨ ਤਾਂ ਨਹੀਂ ਰਿਹਾ ਗਾ, ਸੋ ਮੰਮੀ ਦੇ ਨਾਲ ਭੇਜਿਆ ਡੈਡੀ ਨੂੰ, ਪਰ ਕੀ ਕਰੀਏ ਕਰਨਾ ਪੈਣਾ ਗਾ, ਠੰਡ ਜੀ ਲੱਗੀ ਜਾਂਦੀ ਆ। ਸੋ ਪਸ਼ੂ ਆਪਣੇ ਜਿਹੜੇ ਰੱਜੇ ਪੁੱਜੇ ਖੜੇ ਆ, ਆਵਲੇ ਵੀ ਚੱਕ ਕੇ ਜਿਹੜੇ ਥੋੜ੍ਹੇ ਥੋੜ੍ਹੇ ਪੱਠੇ ਸਿੱਟ ਗਏ ਇਹਨਾਂ ਨੂੰ, ਫਿਰ ਇਹਨਾਂ ਦੇ ਰਲਾਉਣੇ ਆ ਪੱਠੇ। ਸੋ ਟਾਈਮ ਜਿਹੜਾ ਹੋ ਗਿਆ 10 ਵੱਜ ਚੁੱਕਿਆ, 12 ਵਜੇ ਆਪਾਂ ਜਾਣਾ ਗਾ ਬਠਿੰਡੇ, ਬਠਿੰਡੇ ਕੀ ਕਾਰਨ ਜਾਣਾ ਗਾ। ਸੋ ਮੈਂ ਕਿਹਾ ਠੰਡ ਜੀ ਹੈਗੀ ਹੈਗੀ, ਕੁਛ ਨਾ ਕੁਛ ਨਵਾਂ ਬਣਾ ਕੇ, ਟੈਟੂ ਸ਼ੈਟੂ ਪੇਂਡੂ ਤਾਂ ਆਪਣਾ ਸੋਹਣਾ ਲੱਗ ਰਿਹਾ ਹੈਗਾ, ਸੋ ਵੇਖਾਂਗੇ ਸ਼ਾਇਦ ਇਹਦੇ ਵਿੱਚ ਵੀ ਫੀਲਿੰਗ ਕਰਾਵਾਂਗੇ, ਜੇ ਲੋੜ ਪਈ ਤਾਂ ਬਾਈ ਨੂੰ ਪੁੱਛਾਂ, ਕਿਉਂਕਿ ਨਾ ਥੋੜ੍ਹਾ ਥੋੜ੍ਹਾ ਨਾ ਲਾਈਟ ਜਿਹਾ ਹੋ ਗਿਆ ਗਾ, ਸੋ ਉਹਦੇ ਕਰਕੇ ਇਹਦੇ 'ਚ ਫੀਲਿੰਗ ਕਰਾਵਾਂ, ਜੇ ਕੁਛ ਹੋਰ ਬਣਾਉਣਾ ਹੋਇਆ ਮਾੜਾ ਮੋਟਾ ਹੋਰ ਬਣਾਵਾਂਗੇ, ਘੈਂਟ ਜੀ ਚੀਜ਼ ਆ। ਬਾਲਾ ਸੌਂਦੀ ਆ ਭਰਾਵਾ, ਬਾਲਾ ਸੌਂਦੀ, ਇੰਨਾ ਸੌਂਦੀ ਆ ਕੁੜੀ, ਟਾਈਮ ਨਾਲ ਹੀ ਸੌਂ ਜਾਂਦੀ ਹੈਗੀ, ਉੱਤੇ ਸਾਰਾ ਦਿਨ ਕੱਲ੍ਹ ਸੁੱਤੀ ਦੇ। ਹੈਂ ਰੋਟੀ ਤਾਂ ਖਾਣੀ ਪਊ ਬਈ, 1-2 ਰੋਟੀਆਂ ਤਾਂ ਖਾ ਉੱਠ ਕੇ, ਐਂ ਤਾਂ ਕਹਿੰਦੇ ਵੀ ਗੱਲ ਹੀ ਨਹੀਂ ਬਣਨੀ ਕਿ ਮੈਂ ਨਹੀਂ ਰੋਟੀ ਖਾਣੀ, ਚੱਲ ਉੱਠ 2 ਰੋਟੀਆਂ ਖਾ। ਸਾਡਾ ਕੋਈ ਦਿਨ ਇਹੋ ਜਿਹਾ ਹੋ ਨਹੀਂ ਸਕਦਾ ਜਿੱਦਣ ਮੰਡੀ ਨਾ ਜਾਣਾ ਪਵੇ। ਅੱਜ ਮੈਂ ਸਵੇਰੇ ਨਹੀਂ ਆਇਆ, ਮੈਂ ਚੱਲ ਡੈਡੀ ਜਾ ਉੱਠੂਗਾ, ਅਤੇ ਆਪਾਂ ਬਠਿੰਡੇ ਜਾਣਾ ਸੀਗਾ, ਉਹ ਵੀ ਪ੍ਰੋਗਰਾਮ ਕੈਂਸਲ ਹੋ ਗਿਆ ਨਾ, ਜਾਣਾ ਸੀਗਾ ਅੱਜ ਬਠਿੰਡੇ, ਫਿਰ ਉਹ ਪ੍ਰੋਗਰਾਮ ਕੈਂਸਲ ਹੋਣ ਤੋਂ ਬਾਅਦ ਘਰੇ ਸੀਗੇ,
ਮੰਮੀ ਨਾਲ ਡੈਡੀ ਆ ਗਿਆ ਸੀਗਾ ਅੱਜ, ਫਿਰ ਝਾੜ ਕੱਢਤੀ ਹੈ ਮੰਮੀ ਦੀ, ਹੁਣ ਕਹਿੰਦੀ ਹੋਰ ਵੀ ਮੂੰਹ ਐਂ ਲੱਗਦਾ ਥੋੜ੍ਹਾ ਜਿਹਾ ਸੌਖਾ ਜਿਹਾ ਹੋ ਗਿਆ ਹੁੰਦਾ ਗਾ, ਅਤੇ ਬਾਕੀ ਹਜੇ ਕੱਚਿੰਗ ਕੁਚਿੰਗਾਂ ਕਰਤੀਆਂ। ਫਿਰ ਇੱਕ ਦਿਨ ਦੀ ਆਪਾਂ ਨੂੰ ਅਪੁਆਇੰਟਮੈਂਟ ਮਿਲੂਗੀ, ਤੋ ਉੱਦਣ ਜਿਹੜੀਆਂ ਉਹਨਾਂ ਦੰਦਾਂ ਦਾ ਸਾਈਜ਼ ਵਗੈਰਾ ਲੈਣਗੇ, ਅਤੇ ਚੌਥੀ ਸੀਟਿੰਗ 'ਚ ਜਾ ਕੇ ਉਹਨਾਂ ਨੂੰ ਕੈਪ ਚਾੜਨਗੇ, ਪ੍ਰੋਪਰ ਫਿਕਸ ਕਰਨਗੇ। ਅਤੇ ਹੁਣ ਹੁਣ ਬੱਬੂ ਦਾ ਦੰਦ ਦਿਖਾਉਣਾ ਇੱਕ, ਇੱਕ ਆ ਦਵਿੰਦਰ ਦਾ ਗਾ। ਸੋ ਦਵਿੰਦਰ ਨੂੰ ਵੀ ਕੱਲ੍ਹ ਜਿਹੜਾ ਬੁਖਾਰ ਵਗੈਰਾ ਚੜਿਆ ਹੋਇਆ ਸੀਗਾ ਉਹ ਲੋਟ ਹੋਇਆ ਨੀਗਾ, ਡਾਕਟਰ ਕਹਿੰਦਾ ਸੀਗਾ ਵੀ ਕੀ ਪਤਾ ਨਾ ਹੀ ਟੀਕਾ ਲਾਉਣ ਦੀ ਲੋੜ ਪਵੇ, ਪਰ ਅੱਜ ਡਾਕਟਰ ਸਾਹਿਬ ਨੂੰ ਕਹਿ ਕੇ ਟੀਕਾ ਲਵਾ ਦੇਣਾ, ਕਿਉਂਕਿ ਫਿਰ ਐਂ ਗੱਲਬਾਤ ਬਣਦੀ ਨੀਗੀ, ਸਾਰਾ ਦਿਨ ਪਿਆ ਰਹਿਣਾ ਹੀ ਬੰਦੇ ਨੂੰ ਬਹੁਤ ਔਖਾ ਹੁੰਦਾ ਗਾ। ਸੋ ਜੇ ਤਾਂ ਚਲੋ ਕੋਈ ਹੋਰ ਬਿਮਾਰੀ ਸ਼ਮਾਰੀ ਹੋਵੇ ਫਿਰ ਤਾਂ ਹੈ, ਤੋ ਬੁਖਾਰ ਬਖੂਰ ਨਾਲ ਤਾਂ ਤੁਹਾਨੂੰ ਪਤਾ ਹੀ ਆ, ਤੋਰਾ ਫੇਰਾ ਕਰਦਾ ਬੰਦਾ ਫਿਰ ਹੀ ਸੈੱਟ ਰਹਿੰਦਾ ਗਾ, ਟੈਂਪਰੇਚਰ ਜੋ ਸਰੀਰ ਦਾ ਥੋੜ੍ਹਾ ਜਿਹਾ ਘੱਟ ਰਹੇ ਹੈ ਨਾ। ਆਹ ਦੇਖ ਲਓ ਕਿੱਧਰ ਲਈ ਆਉਂਦੇ ਆ, ਗੱਡੀ ਵਾਲੇ ਥਾਂ 'ਤੇ ਮੋਟਰਸਾਈਕਲ ਲਈ ਆਉਂਦੇ ਆ। ਸੋ ਚਲੋ ਹੁਣ ਚੱਲਦੇ ਹਾਂਗੇ, ਪਹਿਲਾਂ ਦੰਦ ਦਿਖਾਉਣੇ ਹੈਗੇ, ਬਾਕੀ ਅੱਜ ਸੰਡੇ ਵੀ ਹੈਗੇ, ਦੰਦ ਤੋਂ ਬਾਅਦ ਜਾਂਦੇ ਹੈਗੇ ਬਾਈ ਕੋਲੇ, ਉਹਦੇ ਕੋਲ ਬਲਜੀਤ ਕੋਲੇ, ਫਿਰ ਦਵਿੰਦਰ ਦੇ ਇੰਜੈਕਸ਼ਨ ਵਗੈਰਾ ਲਾਉਣੇ, ਫਿਰ ਉਹ ਤੋਂ ਬਾਅਦ ਘਰੇ ਵਾਪਸ ਆਉਣੇ ਆ। ਮੰਡੀ ਵੀ ਅੱਜ ਨਵੇਂ ਸਾਲ ਦਾ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਗਾ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਨਾ ਕਿਹੜੇ ਕਿਹੜੇ ਥਾਵਾਂ 'ਤੇ ਨਗਰ ਕੀਰਤਨ ਨਿਕਲ ਚੁੱਕਿਆ ਗਾ ਨਵੇਂ ਸਾਲ ਦਾ, ਅਤੇ ਕਿਹੜੇ ਕਿਹੜੇ ਥਾਵਾਂ 'ਤੇ ਅਜੇ ਰਹਿੰਦਾ ਗਾ। ਦੰਦ ਦੇਖੋ ਮੇਰਾ, ਦੰਦ ਦੇਖੋ, ਇਹਦਾ ਦੰਦ ਵੀ ਠੀਕ ਕਰਵਾ ਕੇ ਲਿਆਉਂਦਾ ਅੱਜ ਰਿਪੇਅਰ, ਮਸਾਲਾ ਮਸੂਲਾ ਭਰਿਆ ਹੈਗਾ ਮਾੜਾ ਜਿਹਾ ਕਰੈਕਟ ਕਰ ਲਏ ਇਹਨੇ, ਲੋਲੀਪੋਪ ਖਾਈ ਜਾਂਦੀਆਂ ਨੇ, ਕਦੇ ਸੁਣਿਆ ਹੋਊਗਾ ਤੁਸੀਂ, ਉਹ ਜਿਹੜੇ ਐਲਪਲੀ ਵੇਹਦੇ ਹੁੰਦੇ ਲੋਲੀਪੋਪ, ਉਹਦੇ ਦੰਦੀ ਵੱਢਣ ਲੱਗੀ ਨੇ ਮੂਹਰੋਂ ਦੰਦ ਭੋਰ ਲਿਆ। ਹੋਰ ਕੀ ਆ, ਜੋ ਡਾਕਟਰ ਨੂੰ ਦੱਸਿਆ ਨਾ ਵੀ ਆਹ ਗੱਲ ਹੋ ਗਈ ਸੀਗੀ, ਲੋਲੀਪੋਪ ਖਾਂਦੀਆਂ ਨੇ ਦੰਦ ਭੋਰ ਲਿਆ, ਉਹ ਸ਼ੌਕ ਹੀ ਹੋ ਗਏ ਹੈ ਕਹਿੰਦੇ, ਐਵੇਂ ਵੀ ਭੁਰ ਜਾਂਦੇ ਹੁੰਦੇ ਆ ਜੀ ਕਈ, ਸਾਨੂੰ ਤਾਂ ਕੀ ਪਤਾ, ਤੁਹਾਨੂੰ ਪਤਾ ਡਾਕਟਰ ਸਾਹਿਬ, ਪਰ ਹੁਣ ਕਰਤਾ ਮੋਡੀਫਿਕੇਸ਼ਨ ਕਰਾਤੀ ਆਪਾਂ, ਪੱਟੀ ਪੁੱਟੀ ਭਰਾ ਕੇ ਐਨ ਕਰਾਤਾ ਇੱਕੋ ਜਿਹਾ, ਫਿਰ ਡਾਕਟਰ ਕਹਿੰਦੇ ਬਾਲਾ ਨਾ ਮਰੂੜਾ ਨੀ ਦੇਣਾ ਕਿਸੇ ਚੀਜ਼ ਨੂੰ, ਜਿਵੇਂ ਆਪਾਂ ਦੰਦਾਂ 'ਚ ਪਾ ਕੇ ਐਂ ਨੀ ਮਰੂੜਾ ਦੇ ਦਿੰਦੇ, ਉਹ ਕੰਮ ਨੀਗਾ ਕਰਨਾ। ਬਾਕੀ ਹੁਣ ਚੱਲਦੇ ਹਾਂ, ਹੁਣ ਦਵਿੰਦਰ ਦੇ ਲਵਾਉਣੇ ਆ ਕਿ ਸੂਆ, ਵੇਖੀ ਸਾਰੀ ਗੱਡੀ ਦੇ ਵਿੱਚ, ਮੈਂ ਤੁਹਾਨੂੰ ਤਾਂ ਹੀ ਛੱਡੀ ਜਾਂਦਾ ਸੀ ਨਾ ਵੀ ਟਾਈਮ ਬਾਹਲਾ ਲੱਗ ਜੂ, ਆਹ ਹੁਣ ਜਾਣੀ ਵੀ ਨੀ ਗੀ ਧੁੰਦ ਜੀ, ਮਾਰ ਪੀ ਤੇ ਟੋਪੀ ਲਾ ਕੇ ਮਗਰ ਸ਼ੀਸ਼ਿਆਂ ਤੇ, ਫਿਰ ਮੇਰੇ ਹੈ ਨੀ ਟੋਪੀ, ਫਿਰ ਹੀ ਧੁੰਦ ਸਾਫ਼ ਹੋਊਗੀ। ਆਹ ਵੇਖ, ਆਹ ਵੇਖ ਸ਼ਕਤੀਮਾਨ ਬਣਿਆ ਹੁੰਦਾ ਕਿੱਧਰ, ਧੂਣੀ ਨਾ ਕਿਤੇ, ਧੂਣੀ ਤੂੰ ਯਾਦ ਆ, ਚਾਰ ਪਾਥੀਆਂ ਮਿੱਟੀ ਦਾ ਤੇਲ ਥੋੜਾ ਜਿਹਾ, ਤੇ ਆਪਦੀ ਇੱਕ ਉਹ ਮਾਚਿਸ ਮੂਚਿਸ ਲੈ ਕੇ ਆਇਆ ਕਰੋ ਨਾ, ਫਿਰ ਧੂਣੀ ਚੱਲਿਆ ਕਰੂਗੀ। ਚਲੋ ਵੀ ਲਓ ਵੀ ਹੁਣ ਦਿਖਾ ਕੇ ਅੱਗੇ ਦਵਿੰਦਰ ਨੂੰ ਤੇ ਚੱਲ ਗਏ, ਕੋਈ ਨੀ ਟੈਸਟ ਹੋ ਜਾਂਦੇ ਫਿਰ ਪਤਾ ਲੱਗ ਜੂਗਾ, ਆਊਗਾ ਉਦਾਂ ਵੀ ਬੁਖਾਰ ਹੈਗਾ ਗਾ, ਉਹ ਬਲੱਡ ਸ਼ੂਗਰ ਚੈੱਕ ਕਰਨੀ ਆ, ਚਲੋ ਲੱਗ ਜੂਗਾ ਤਾਂ, ਸਵੇਰੇ ਵੀ ਖਾ ਲਈ ਅੱਜ, ਲਿਆਉਣ ਦੀ ਸੂਈ ਚੱਕ ਕੇ ਫਿਰ ਪਤਾ ਲੱਗੂ। ਤੁਸੀਂ ਤਾਂ ਇੱਕ ਚਮਚਾ ਕਿਹਾ ਸੀ, ਮੈਂ ਰਾਤ ਤਿੰਨ ਚਮਚੇ ਪਾ ਕੇ ਸਵੇਰੇ ਦੋ ਪਾ ਕੇ ਪੀਂਦੀ, ਮੈਂ ਕਿਹਾ ਦੋ ਸ਼ਾਮ ਨੂੰ ਪੀਂਦੀ। ਡਾਕਟਰ ਕਹਿੰਦਾ ਤਿੰਨ ਟੀਕੇ ਲੱਗਣਗੇ, ਟੀਕਾ ਲੱਗੂਗਾ ਅੱਜ, ਮੈਂ ਕਹਿ ਕੇ ਲਵਾਉਂਗਾ, ਮੈਂ ਕਹੂੰਗਾ ਬਈ ਟੀਕਾ ਲਾ ਦੇ, ਟੀਕੇ ਤੋਂ ਬਿਨਾਂ ਤਾਂ ਸੈੱਟ ਨਹੀਂ ਹੋਣਾ। ਮੈਨੂੰ
ਪਤਾ ਨਹੀਂ ਡੇਢ ਵਜਿਆ ਸੀ, ਡੇਢ ਦੋ ਵਜੇ ਉੱਠੀ ਹਾਂ ਤਾਂ ਮੈਨੂੰ ਮੈਂ ਉੱਠੀ ਜਦੋਂ ਵੀ ਮੇਰਾ ਸਰੀਰ ਹੈ ਪੂਰਾ ਦੁਖੀ ਜਾਵੇ, ਹੱਡ ਭੰਨੇ ਨਹੀਂ ਹੁੰਦੇ ਹੁੰਦੇ, ਤੂੰ ਪੈ ਕੇ ਡੇਲੀ ਵਾਲਾ ਪਵਾਉਣੀ ਹੈ ਨਾ, ਹੁਣ ਆਪਾਂ ਦੂਜਾ ਪਵਾਵਾਂਗੇ 3 ਮਹੀਨਿਆਂ ਦਾ ਇਕੱਠਾ ਹੀ ਟੀਕਾ ਲਵਾ ਕੇ। ਕਈਆਂ ਦੇ ਨਾੜ ਨਹੀਂ ਧੋਂਦੀ ਹੁੰਦੀ, ਪਰ ਚੱਲ ਦਵਿੰਦਰ ਦਾ ਇਹ ਤਾਂ ਸੁੱਖ ਆ, ਨਾੜ ਹੈਗੀ ਆ ਵਿਚਾਰੀ, ਨਾੜ ਤੇ ਆ ਜਾਂਦੀ ਉਹਦੀ, ਪਤਾ ਨਹੀਂ ਲੱਗਿਆ ਨਾ। ਕਿਵੇਂ ਚੱਲ, ਕੋਈ ਨੀ, ਇਹ ਵੀ ਜ਼ਰੂਰੀ ਸੀ, ਇੰਨੇ ਕੁ ਟੀਕੇ ਲੱਗੇ ਬਿਨਾਂ ਸਹੀ ਵੀ ਨਹੀਂ ਸੀ ਹੁੰਦੀ ਹੁਣ ਤੂੰ।
ਲੋਹੜੀ ਦਾ ਜਿਹੜਾ ਤਿਉਹਾਰ ਆ ਗਿਆ, ਸੋ ਥਾਂ ਥਾਂ ਤੇ ਦੁਕਾਨਾਂ ਜਿਹੜੀਆਂ ਸਜਾਈਆਂ ਪਈਆਂ ਗਾ, ਮੂੰਗਫਲੀਆਂ ਗੱਚਕ ਰਿਓੜੀਆਂ, ਤਰ੍ਹਾਂ ਤਰ੍ਹਾਂ ਦੀ ਗੱਚਕ ਆਈ ਪਈ ਹੈਗੀ। ਉਹ ਸੱਚ ਮੇਸੂ ਖਾਧੇ ਨੀ ਆਪਾਂ, ਮੇਸੂ ਖਾਵਾਂਗੇ ਜਾ ਕੇ। ਹੋਰ ਕੀ, ਉਹ ਐ ਪਿਆ ਪਿਆ ਵਿਚਾਰਾ ਖਰਾਬ ਹੋ ਜੂਗਾ। ਦੇਖੋ ਦਵਿੰਦਰ ਨੇ ਕਰੰਟ ਕਿੰਨਾ ਇੱਕਦਮ ਆ ਗਿਆ ਨਾ, ਹਜੇ ਤਾਂ ਠੀਕ ਹੈ ਇੱਕ ਦੋ ਲੱਗੇ ਹੈਗੇ ਕਰੰਟ। ਵੇਖੋ ਮੈਂ ਦੋਨਾਂ ਨੂੰ ਕਿਹਾ ਵੀ ਮੈਂ ਕਿਹਾ ਖਾ ਲਓ, ਕਹਿੰਦੀਆਂ ਨਹੀਂ ਅਸੀਂ ਨਹੀਂ ਖਾਣਾ। ਇਹ ਕਰੰਟ ਹੁੰਦਾ ਇਹ ਜਾਣ ਵਾਲੇ ਦਿਨ ਉਹ ਪਾਵਰ ਆਫ 1-2 ਇੰਜੈਕਸ਼ਨ ਦੀ ਪਾਵਰ ਆ ਇਹ। ਤੇ ਉਦੋਂ ਵੀ ਕਹਿੰਦੀਆਂ ਅਸੀਂ ਨਹੀਂ ਖਾਣਾ, ਪਤਾ ਨਹੀਂ ਉਹਨਾਂ ਨੂੰ ਐ ਸੀ ਵੀ ਕੋਈ ਇਹ ਨਹੀਂ ਖਾਂਦੇ ਤਾਂ ਨਹੀਂ ਖਾਂਦਾ। ਉਹ ਪਤਾ ਉਹ ਐ ਵੀ ਨਹੀਂ ਖਾਂਦੀਆਂ, ਜੇ ਆਪਾਂ ਨਾ ਅਸੀਂ ਨਾ ਖਾਗੇ ਉਹ ਕਹਿਣਗੇ ਨਾ ਅਸੀਂ ਨਹੀਂ ਖਾਣਾ, ਸਾਨੂੰ ਕੁਝ ਦੇ ਹੀ ਨਾ ਦੇਣਗੇ। ਅਸੀਂ ਇਹ ਕੋਲ ਨਹੀਂ ਸੀ। ਆ ਮਤਲਬ ਇਹ ਜਵਾਬ ਹੁੰਦਾ ਨਾ ਕਈ ਵਾਰੀ ਵੀ ਸੋਚਦੇ ਨੇ ਇਹ ਕਿਉਂ ਨਹੀਂ ਖਾਂਦੇ, ਸਾਨੂੰ ਤਾਂ ਕਹੀ ਜਾਂਦੇ ਖਾਣ ਨੂੰ ਨਹੀਂ ਸੀ ਹੁੰਦੀ ਆ, ਨਹੀਂ ਵੀ ਚੀਜ਼ ਸਵਾਦ ਨਹੀਂ ਹੁੰਦੀ ਜਿਹੜੀ ਖਾਣ ਨੂੰ ਇਹ ਨਹੀਂ ਨਾਲ ਖਾਂਦੇ। ਪਤਾ ਨਹੀਂ ਕਿਹਾ ਹੀ ਨਹੀਂ ਦੋਨਾਂ ਨੇ। ਚੱਲ ਕੋਈ ਗੱਲ ਨਹੀਂ, ਬਾਕੀ ਹੁਣ ਟੀਕਾ ਟੂਕਾ ਲਵਾਤਾ ਗਾ, ਸੋ ਸਾਰਾ ਕੰਮ ਆ ਜਿਹੜਾ ਡਨ ਹੋ ਗਿਆ। ਮੈਨੂੰ ਪਤਾ ਸੀਗਾ ਕੱਲ ਵੀ ਦਵਿੰਦਰ ਸਾਰਾ ਦਿਨ ਨਹੀਂ ਉੱਠੀ, ਅੱਜ ਵੀ ਨਹੀਂ ਉੱਠੀ। ਮੈਂ ਉਹਨੂੰ ਕੱਲ ਵੀ ਕਿਹਾ ਟੀਕੇ ਲਵਾਉਣ ਨੂੰ ਡਾਕਟਰ ਕੋਲ, ਡਾਕਟਰ ਕਹਿੰਦਾ ਨਹੀਂ ਟੀਕਾ ਲਾਉਣਾ, ਪਰ ਅੱਜ ਆਏ ਡਾਕਟਰ ਕਹਿੰਦਾ ਅੱਜ ਤਾਂ ਲਾ ਕੇ ਭੇਜਾਂਗੇ। ਤੇ ਮਿੱਠੇ ਦੇ ਕਹਿੰਦੇ ਜੇ ਉਹ ਜ਼ੋਰ ਫੁੱਲ, ਸੋ ਸ਼ੂਗਰ ਥੋੜੀ ਜਿਹੀ ਘੱਟ ਸੀਗੀ, 89 ਹੀ ਸੀਗੀ ਯਾਰ। ਇੰਨਾ ਮਿੱਠਾ ਅਸੀਂ ਜਮਾ ਨੀ ਮਿੱਠਾ ਖਾਂਦੇ, ਮਤਲਬ ਬਹੁਤ ਘੱਟ ਮਿੱਠਾ ਖਾਂਦੇ ਹੈਗੇ ਸਾਰੇ ਖਾਂਦੇ, ਮੈਂ ਜਮਾ ਨੀ ਖਾਂਦਾ। ਹਾਂ ਆਪਣਾ ਨਾਰਮਲ ਰਹਿੰਦਾ, ਇਹ ਇੰਨਾ ਮਿੱਠਾ ਖਾਂਦੀ ਤਾਂ ਵੀ ਘੱਟਦਾ, ਇਹ ਕੀ ਚੱਕਰ ਆ। ਕਈ ਵਾਰੀ ਕੋਈ ਹੋ ਸਕਦਾ ਗਾ ਬੱਚੇ ਕਰਕੇ ਵੀ ਹਨਾ, ਪ੍ਰੈਗਨੈਂਸੀ ਕਰਕੇ ਵੀ ਚੱਕਰ। ਹਾਂ ਕਈ ਵਾਰੀ ਉਹਦੇ ਘਾਂ ਹੋਰ ਥੋੜਾ ਮੋਟਾ ਵੱਧ ਜਾਂਦਾ, ਵੱਧ ਘੱਟ ਹੋ ਜਾਂਦੀ ਆ। ਲਓ ਵੀ ਕੀ ਖਵਾਉਣਾ ਪੀਤੇ? ਅੱਛਾ ਉਹ ਪੀਤੇ, ਓਏ ਗੱਲ ਸੁਣ, ਆਹ ਲੈ ਲਾ ਓਏ, ਆਹ ਜਿਹੜੀਆਂ ਹੁੰਦੀਆਂ ਆਪਣੀਆਂ ਬੜੀਆਂ ਜੀਆਂ। ਚਲੋ ਬਈ ਆਹ ਖੜਾ ਭਾਈ, ਆਇਆ ਹੀ ਹੈ ਤਾਂ ਹਜੇ, ਹਜੇ ਤਾਂ ਤੇਲ ਤੂਲ ਪਾਊਗਾ, ਟਾਈਮ ਲਾਊਗਾ। ਪੀਤੇ ਦਾ ਚੱਲ ਫਾਇਦਾ ਕਰਾ ਦਈਏ, ਮੈਂ ਕਿਹਾ ਕਿਉਂ ਕੀ ਮਾੜਾ ਜਿਹਾ, ਉਹ ਨਾਲੇ ਲੋਰ ਵੀ ਫੜ ਕੇ ਲਿਆਣੀ ਆ ਸੱਚ। ਚਲੋ ਬਈ ਮੂੰਗਫਲੀਆਂ ਗਰਮਾ ਗਰਮ ਮੰਗਾ ਪੰਗਾ, ਨਾਲੇ ਉਹਨੂੰ ਆਰਡਰ ਵੀ ਦੇ ਕੇ ਆਪਾਂ ਹੀ ਬਈ ਮੂੰਗਫਲੀਆਂ ਲੋਹੜੀ ਸੱਚ ਵੰਡਣੀ ਹੈਗੀ, ਸੋ ਉਹਦੇ ਕਰਕੇ ਉਹਨੂੰ ਦੱਸ ਗਈ ਕਿੰਨੀਆਂ, 20 ਕਿਲੋ, 30 ਕਿਲੋ, 40 ਕਿਲੋ, 50 ਕਿਲੋ, ਜਿੰਨੀਆਂ ਵੀ ਚਾਹੀਦੀਆਂ ਹੋਣ ਉਹਨਾਂ ਲੈ ਲਾਂਗੇ। ਕੁਆਂਟਲ ਕਰਨੀਆਂ ਵੰਡਣੀਆਂ ਤਾਂ ਪੈਣਗੀਆਂ। ਤੇ ਬਾਕੀ ਇੱਕ ਗੱਲ ਮੇਨ ਜਿਹੜੀ ਤੁਹਾਨੂੰ ਦੱਸਣੀ ਭੁੱਲ ਗਈ ਸੀਗੀ, ਅੱਜ ਹੈਗੀ ਹੈ ਜੀ 7 ਦਸੰਬਰ, ਓਹੋ 7 ਜਨਵਰੀ ਹੈਗੀ ਤੇ 7 ਦਸੰਬਰ ਨੂੰ ਬਾਪੂ ਦੀ ਅੰਗੇਜਮੈਂਟ ਹੋਈ ਸੀ, ਅੱਜ ਪੂਰਾ 1 ਮਹੀਨਾ ਹੋ ਗਿਆ, ਸੋ ਪਾਰਟੀ ਬਣਦੀ ਆ, ਕੁਛ ਨਾ ਕੁਛ ਖਾਵਾਂਗੇ, ਕੋਈ ਗੱਲ ਨੀ ਜਾਂਦੇ ਜਾਂਦੇ ਖਾਵਾਂਗੇ। ਹਜੇ ਤਾਂ ਇਹਨਾਂ ਨੇ ਸੱਚ 1 ਹੀ ਨੀ ਦਿੱਤੀ ਜਸ਼ਨ ਦਾ ਬੰਦਾ, ਹਜੇ ਤਾਂ ਇਹਨਾਂ ਸਿਰੇ 1 ਹੀ ਪਾਰਟੀ ਨੀ ਕਰੀ ਇਹਨਾਂ ਨੇ ਆਪਦੇ ਅੰਗੇਜਮੈਂਟ ਦੀ ਬੱਬੂ ਨੇ ਤਾਂ, ਸੋ ਪਾਰਟੀ ਇੱਕ ਹੋਰ ਵੀ ਆ ਗਈ। ਚੱਲ ਕੋਈ ਗੱਲ ਨੀ, ਤੂੰ ਅੱਜ ਬੱਬੂ ਤੈਨੂੰ ਥੋੜੇ ਪੈਸੇ ਨਾਲ ਸਾਰ ਦਿੰਦੇ ਆ, 50 ਰੁਪਈਆਂ ਨਾਲ ਹੀ ਸਾਰ ਦਿੰਦੇ ਆ। ਜਿੱਤੇ ਪੀਤੇ ਰੀਆਂ ਸੂਟ ਤਿਆਰ ਹੁੰਦੇ ਆ, ਵੇਖੋ ਡੌਗੀ ਵਰਗੇ ਕਿਵੇਂ ਆਪਦਾ ਆਰਾਮਦਾਇਕ ਜਿਹੜਾ ਘਰ ਆ। ਲਓ ਵੇਖੋ ਪੀਤੇ, ਵੇਖ ਉਹ ਪੀਤੇ ਪਹਿਲਾਂ ਉਹ ਮੰਗਦੀ ਸੀ, ਕਹਿੰਦੀ ਉਹ ਡਾਇਮੰਡ ਕੱਟ ਜਾ ਲੈਣਾ। ਉਹ ਵੇਖ ਵੇਖ ਨਵੇਂ ਤੋਂ ਨਵੇਂ, ਉਹ ਕਿਹੜਾ ਸਮਾਉਣ ਆਏ ਨੇ, ਨਵੇਂ ਤੋਂ ਨਵੇਂ ਭਾਲਦਾ ਗਾ ਸਮਾਉਣ ਨੂੰ। ਹੈਂ ਬੰਦ ਵੇਖ ਤੂੰ, ਐ ਬਣਾ ਦਾ ਜਿਵੇਂ ਜਾਂਸੀ ਚੋਂ ਅੱਜ ਹੀ ਕਢਾਇਆ ਹੁੰਦਾ। ਬਾਜੀ ਇੱਧਰ, ਬਾਜੀ ਤੇ ਲਿਟੇ ਪਏ ਨੇ, ਬਾਜੀ ਝਾਵੇਂ ਚਾਹੀਦੇ ਨੇ ਤੁਹਾਨੂੰ ਤਿੰਨ, ਠੀਕ ਆ? ਹੈ ਚਲੋ ਵੀ ਬਾਜੀ ਵੀ ਠੀਕ ਨੇ, ਝਾਵੇਂ ਮਿਲ ਗਏ ਨੇ ਇਹਨਾਂ ਨੂੰ, 3 ਝਾਵੇਂ ਲੈਣੇ ਸੀਗੇ। ਮੈਂ ਕਿਹਾ 3 ਆ ਗਿਆ ਮੇਰੇ ਨਾਲ, 3 ਝਾਵੇਂ ਹੀ ਆ, ਜਿਹੜੇ ਮਰਜ਼ੀ ਲੈ ਜਾਓ। ਦਵਿੰਦਰ ਦੇ ਪੈਰ ਵੇਖੀ ਐ ਨੀ ਲੱਗਦੇ, ਰਿੱਛਾਂ ਜਾਂਦੇ ਨੀ ਹੁੰਦੇ ਕਿ ਵੱਡੇ ਵੱਡੇ, ਗਰਮ ਬਹੁਤ ਹੋਣਗੀਆਂ। ਪਰ ਇਹਦੇ ਵੀ ਲਵਾ ਕੇ ਆਉਂਦੇ, 500 ਦਾ ਟੀਕਾ ਲੱਗਿਆ ਇੱਕ।
ਡਾਕਟਰ ਕਹਿੰਦਾ ਨਾਲ ਦੀ ਨਾਲ ਹੀ ਸੈੱਟ ਹੋ ਜੂ, ਕਹਿੰਦਾ ਜਦੋਂ ਟੀਕਾ ਅੰਦਰ ਤੇ ਕੰਮ ਜਲੰਧਰ। ਹਾਂ ਇਹ ਬਾ ਜੀ ਕੀ ਕਰਦੇ ਪਏ ਹੋ? ਆਲੂ ਛਿਲਦੇ ਪਏ ਜੀ। ਮੈਂ ਕਿਹਾ ਕਿਤੇ ਚਾਵੇਂ ਬਣਾਉਣੇ ਪਏ। ਦਵਿੰਦਰ ਦਾ ਟੋਪੀ ਬੜੀ ਲਿਆ ਕੇ ਦਿੱਤੀ ਦਵਿੰਦਰ ਨੂੰ ਨਵੀਂ। ਕਿੰਨੇ ਹੀ ਲਿਆਂਦੀ ਆਂਟੀ ਆਹ? ਚਿਲਕਣੀ ਚਿਲਕਣੀ ਆ, ਪਹਿਲਾਂ ਮੈਂ ਦੇਖੀ ਨੀ। ਲੱਡੂ ਬੜਾ ਮੋਟਾ ਇਹਦੇ ਤੇ। ਲਿਆਂਦਾ ਕਿੱਥੇ ਆਏ ਉਹ ਜਿਹੜਾ ਭਾਪਾ ਲਿਆ? ਚੈਰੀ ਦਾ ਮੁਰੱਬਾ ਤੇ ਔਲੇ ਦਾ। ਅੱਧਾ ਕਿਲੋ ਲਿਆਉਣਾ ਸੀ। ਹਾਂ ਆਹ ਕਿਲੋ ਦਾ, ਇਹ ਚ ਹੋਣਗੇ ਦਸ ਕੁ ਮੇਰੇ ਹਿਸਾਬ ਨਾਲ, ਇਹ ਚ ਮਸਾਂ ਅੱਠ ਦਸ ਹੀ ਹੁੰਦੇ ਹੋਣੇ ਆ। ਹੋਰ ਆਹ ਬਾਲੀਏ ਵਿੱਚ ਖੰਡ ਜੀ, ਸੁੱਕੇ ਸੁੱਕੇ ਕੰਟੀ ਨਾ ਦੇਖੀ ਮੈਂ ਬਠਿੰਡੇ ਵੇਖੇ, ਏਡੇ ਏਡੇ ਔਲੇ ਜਮਾ ਸੁੱਕ ਪੁੱਕੇ ਮੁਰੱਬਾ ਪਾਇਆ ਗਿਆ। ਨਹੀਂ ਨਹੀਂ ਗੋਲ ਮਤਲਬ ਐਂ, ਇਹਦੇ ਨੂੰ ਨੀ ਸੀ ਇੰਨਾ ਪਾਣੀ, ਮਤਲਬ ਰਸ ਮਿਸੇ ਜੇ। ਤੇ ਲੈ ਵੀ ਗੁੱਡੀ ਹੁਣ ਤੈਨੂੰ ਇਹ ਵੀ ਲਿਆ ਕੇ ਦੇਤਾ, ਤੇ ਹੁਣ ਮੈਨੂੰ ਇਹ ਨੀ ਸੁਣਨਾ ਚਾਹੀਦਾ ਵੀ ਦਵਿੰਦਰ ਨੇ ਖਾਧਾ ਨੀ। ਤੜਕੇ ਉੱਠਾਂ ਰੋਟੀਆਂ ਬੰਦ ਕਰ ਦੇ ਭਾਵੇਂ, ਪਰ ਇਹ ਚੀਜ਼ਾਂ ਖਾਣਗੇ ਡਾਕਟਰ ਨੇ ਕਿਹਾ। ਇੱਕ ਪਾਸੇ ਤੁਸੀਂ ਕੋਈ ਆਂਡਾ ਸ਼ਾਂਡਾ ਹੋਵੇ ਤੇ ਇੱਕ ਪਾਸੇ ਇਹ ਹੋਵੇ ਤੇ ਇਹ ਜ਼ਿਆਦਾ ਸਵਾਦ ਲੱਗਦਾ ਗਾ, ਕਿਉਂਕਿ ਜਦੋਂ ਜੇਬ ਚ ਪੈਸੇ ਹੀ ਨਹੀਂ ਆਪੀ ਇਹ ਸਵਾਦ ਲੱਗਣਾ। ਟੀਕੇ ਦਾ ਕਮਾਲ ਹੀ ਹੁੰਦਾ ਗਾ ਪੈਸੇ, ਹੁਣੇ ਵੇਖ ਲਾ ਹੁਣੇ ਬੇਟੀ ਛਿੱਲੀ ਜਾਂਦੀ ਨਾ ਆਲੂ, ਨਹੀਂ ਤਾਂ ਦੋ ਦਿਨ ਹੋ ਗਏ ਹਿੱਲੀ ਨੀ। ਥੱਲੇ ਨੂੰ ਮੂੰਹ ਕਰਕੇ ਹੱਸਦੀ ਦਵਿੰਦਰ ਵੀ ਹੁਣ ਲੈ ਕੇ ਉਹਦੇ ਜਿੰਨੀ ਮੱਝ ਨਾਲ ਹੀ ਕਰਦੇ ਕਈ ਵਾਰੀ, ਪਹਿਲਾਂ ਜਿਹੜੀ ਮੱਝ ਨੂੰ ਟੀਕੇ ਲਾ ਕੇ ਚਾਉਂਦੇ ਹੁੰਦੇ ਸੀਗੇ ਹਨਾ, ਸੋ ਆਪਣੇ ਜਿਵੇਂ ਪੁਰਾਣੇ 5-6 ਸਾਲਾਂ ਦੀ ਗੱਲ ਆ, ਉਦੋਂ ਮੱਝ ਹੁੰਦੀ ਜੇ ਕੋਈ ਟੀਕਾ ਲਾ ਕੇ ਮਿਲਦੀ ਹੁੰਦੀ, ਉਹਨੂੰ ਟੀਕਾ ਲਾ ਕੇ ਚਾਉਂਦੇ ਹੁੰਦੇ ਸੀ। ਤੇ ਉਹ ਇੱਕ ਦਿਨ ਕੀ ਹੋਇਆ ਨਾ, ਵੈਲ ਜੀ ਮੁੱਕ ਗਈ ਉਹਦੇ ਟੀਕੇ ਵਾਲੀ, ਇੱਕ ਦਿਨ ਖਾਲੀ ਸੂਈ ਐ ਮਾਰੀ ਉਹਦੇ ਘੜਾ ਚ ਦਿਨੇ ਦੇ ਨਾਲ ਦੀ ਨਾਲ ਦੁੱਧ ਲੈ ਲਿਆ। ਸੋ ਗੱਲ ਲੱਗੀ ਇੱਕ ਦਿਨ ਦਵਿੰਦਰ ਦੇ ਫੋਕਾ ਟੀਕੇ ਖਵਾ ਕੇ ਮੋੜ ਦੇਵਾਂਗੇ। ਹੁਣ ਤਾਂ ਨੀ 5-7 ਸਾਲਾਂ ਦੀ ਗੱਲ ਆ ਇਹ। ਉਹੀ ਮੈਂ ਕਹਿਣਾ ਹੈਗਾ ਵੀ ਜਦੋਂ ਆਪਣੇ ਪਿੰਡ ਵਾਲੇ ਘਰੇ ਹੁੰਦਾ ਸੀ ਕਈ ਵਾਰੀ ਹੋ ਜਾਂਦਾ ਕਿਉਂ ਨੀ ਗਾ, ਜਿਹੜੀ ਤੇ ਡੇਢ ਟੀਕਾ ਲਾਉਂਦੇ ਜਦੋਂ ਮਾਰ ਕੇ ਸਰਿੰਜ ਇੱਕ ਵਾਰੀ ਕੱਢ ਲਾ ਤੇ ਨਾਲ ਦੀ ਨਾਲ ਮੰਨਣਾ ਹੀ ਪੈਣਾ। ਸੱਚ ਬੋਲਦੇ ਆਪਾਂ, ਸੱਚ ਨੂੰ ਤਾਂ ਮੰਨਣਾ ਹੀ ਪੈਂਦਾ, ਅੱਜ ਨੀ ਤੇ ਕੱਲ। ਕੇਲੇ ਵੀ ਪਏ ਆ ਇਹਦਾ ਗੁਫੜੀ ਜਿਹੜੇ ਲੈ ਕੇ, ਉਹ ਕੇਲੇ ਤਾਂ ਖਾ ਲਓ। ਚਲੋ ਵੀ ਫਿਰ ਹੁਣ ਆਪਾਂ ਪਾਉਣੇ ਲੀੜਾ ਕੱਪੜਾ, ਚੱਲਦੇ ਹਾਂ ਬਾਹਰ ਨੂੰ। ਜੋ ਆਪਣਾ ਫਰੈਂਡ ਆ ਰਿਹਾ ਗਾ ਬਠਿੰਡੋਂ ਮਿਲਣ, ਅਤੇ ਬੱਬੂ ਦਾ ਵੀ ਕੰਮ ਹੋ ਗਿਆ, ਮੰਮੀ ਦਾ ਵੀ ਹੋ ਗਿਆ, ਦਵਿੰਦਰ ਦਾ ਵੀ ਹੋ ਗਿਆ, ਸਾਰੇ ਜਣੇ ਓਕੇ ਰਿਪੋਰਟ ਆ ਗਏ। ਅਤੇ ਅੱਜ ਦੇ ਬਲੌਗ ਦਾ ਫਿਰ ਇੱਥੇ ਕਰਨ ਲੱਗੇ ਐਂਡ, ਮਿਲਦੇ ਹਾਂ ਕੱਲ੍ਹ ਮੈਂ ਇੱਕ ਹੋਰ ਨਵੇਂ ਜਿਹੇ ਬਲੌਗ ਨਾਲ। ਜਿਨ੍ਹਾਂ ਨੇ ਇੱਥੋਂ ਤੱਕ ਆਪਣੀ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ, ਜਿਹੜੇ ਜਿਹੜੇ ਨਵੇਂ ਜੁੜੇ ਚੈਨਲ 'ਤੇ ਕਰ ਲਓ ਸਬਸਕ੍ਰਾਈਬ, ਸੋ ਮਿਲਦੇ ਹਾਂ ਫਿਰ ਕੱਲ੍ਹ ਨੂੰ ਇੱਕ ਹੋਰ ਇੱਦਾਂ ਦੀ ਘੈਂਟ ਜੇ ਅਤੇ ਸਿਰਾ ਜੇ ਬਲੌਗ ਨਾਲ। ਟਿਲ ਦਿਨ ਬਾਬਾ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ।